ਮੁੱਲਾ ਇੱਕ ਤੀ ਆ ਸੂਆ ਕਿਹੜਾ ਤੀਜਾ ਸੂਆ ਤੇ ਸੂਈ ਨੂੰ 94635 ਤੋਰ ਕੇ ਦਿਖਾਉਂਦੇ ਆ ਵੀ ਚੈੱਕ ਕਰ ਲੋ ਤੇ ਡਿਟੇਲ ਲੈ ਕੇ ਦਿੰਨੇ ਆ ਮੁੜ ਕੇ ਆਪਾਂ ਮੱਥੇ ਦੀ ਚੈੱਕ ਕਰ ਲੋ ਤੁਸੀਂ ਹਣਾ ਚ ਬੱਤੀ ਬੁੱਤੀ ਚੰਗੀ ਹੈਗੀ ਲੋ ਵੀ ਮਿੱਤਰ ਬਾਅਦ ਬੁਰੀ ਮੱਝ ਤੋਰ ਕੇ ਦਿਖਾਉਂਦੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਕੀ ਡਿਟੇਲ ਹੈਗੀ ਆਰਡਰ ਕੁਆਲਿਟੀ ਚੈੱਕ ਕਰ ਲੋ ਇਹਦੀ ਹਾਂਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਆਪਾਂ ਫੂਲ ਤੋਂ ਇੱਥੇ ਨੇੜੇ ਹੋ ਤੇ ਆਪਣਾ ਇਹ ਮੱਝ ਜਿਹੜੀ ਤੋਰ ਕੇ ਦਿਖਾਈ ਕੀ ਡਿਟੇਲ ਆ ਜੀ ਇਹਦੀ ਸੂਆ ਕਿਹੜਾ ਜੀ ਸੂਆ ਦੂਜਾ ਜੀ ਦੂਜਾ ਸੂਆ ਬਾਕੀ ਮੌਕੇ ਮਾੜਾ ਮੋਟਾ ਹੋ ਜੂ ਹੋਰ ਠੀਕ ਹੈ ਬਾਈ 95635 ਦੂਸਰੀ ਮੱਝ ਵੀ ਬਾਈ ਜੀ ਆਪਾਂ ਤੋਰ ਕੇ ਦਿਖਾਉਂਦੇ ਆ ਇਹ ਵੀ ਚੈੱਕ ਕਰ ਸਕਦੇ ਹੋ ਡਿਟੇਲ ਇਹਦੀ ਵੀ ਡਿਟੇਲ ਤੁਹਾਨੂੰ ਲੈ ਕੇ ਦਿੰਦੇ ਕੀ ਡਿਟੇਲ ਆ ਚੰਗਾ ਕੱਦ ਕਾਟ ਆ ਆਰਡਰ ਕੁਆਲਿਟੀ ਵੀ ਚੰਗੀ ਹੈ ਇਹਦੀ ਦੇਖ ਲਓ ਪਿੱਛੋਂ ਵੀ ਦੇਖ ਸਕਦੇ ਹੋ ਤੁਸੀਂ ਆਰਡਰ ਕੁਆਲਿਟੀ ਤੁਸੀਂ ਇੱਕ ਵਾਰੀ ਦੇਖੋ ਕੱਲ ਪਿੱਛੇ ਤੇ ਡਿਟੇਲ ਲੈ ਕੇ ਦਿੰਦੇ ਆਪਾਂ ਇਹਦੀ ਮਗਰ ਬੱਚਾ ਕੀ ਆ ਪਰਸੋਂ ਕੱਟੀ ਆ ਮਗਰ ਕੱਟਿਆ ਮਿੱਤਰੋ ਪਰਸੋਂ ਸੂਈ ਆ ਤੇ ਕਿੰਨਾ ਦੁੱਧ ਹੁੰਦੀ ਆ ਇਹ ਹੁਣ 18 ਲੀਟਰ ਚਵਾ ਕੇ ਦੇ ਦੇਗਾ ਜਮਾ ਘਰੋਂ ਅਗਲਾ ਘਰੇ ਆ ਜਾਣਾ ਹੁੰਦਾ ਅਗਲਾ ਬਾਲਟੀ ਲਾ ਕੇ ਦੇਖੂ 18 ਲੀਟਰ ਕੱਲ ਕਢਾ ਦੇਗਾ ਜਮਾ ਤਸੱਲੀ ਕਰਾ ਦੇਗਾ ਪੂਰੀ ਹੈ ਪੂਰੀ ਤਸੱਲੀ ਕਰਾ ਦੂੰਗਾ ਮੋਬਾਈਲ ਨੰਬਰ ਇੱਕ ਵਾਰੀ ਹੋਰ ਬੋਲ ਦੇ 94635 ਛੱਡੇਗਾ ਫਿਰ ਲਾਸਟ ਚਾਚੇ ਨਾ ਆਏਗਾ ਚਾਚੇ ਨਾ ਆਏਗਾ ਠੀਕ ਆ ਲਾਈਵ ਮਤਲਬ ਤੁਸੀਂ ਕੰਟੈਕਟ ਕਰਕੇ ਜੇ ਆ ਮੱਝਾਂ ਜਾਂ ਬੂਰੀ ਮੱਝਾਂ ਖਰੀਦਣੀ ਹੋਵੇ ਦੋਨਾਂ ਦੇ ਵਿੱਚੋਂ ਜਿਹੜੀ ਵੀ ਤੁਹਾਨੂੰ ਪਸੰਦ ਆਉਂਦੀ ਆ ਜੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਈਆਂ ਦੇ ਨਾਲ ਬੂਰੀ ਦਿਖਾਈ ਆ ਪਹਿਲਾਂ ਤੁਹਾਨੂੰ ਤੇ ਇੱਕ ਇਹ ਆ ਕਿ ਮੋਹਰਾ ਦੀ ਤੇ ਹੈ ਚੰਗੀਆਂ ਜੀ ਦੋਨੇ
ਤਸੱਲੀ ਕਰਕੇ ਤੁਸੀਂ ਲੈ ਸਕਦੇ ਹੋ। ਬੂਰੀ ਝੋਟੀ ਦਿਖਾਉਂਦੇ ਆ ਤੁਹਾਨੂੰ, ਚੰਗੀ ਕੁਆਲਿਟੀ ਦੀ ਆ ਤੇ ਤੋਰ ਕੇ ਦਿਖਾਉਂਦੇ ਆ, ਫੇਰ ਡਿਟੇਲ ਲੈਣੇ ਆ ਬਾਈ ਤੋਂ। ਕਰ ਲਓ ਚੈੱਕ, ਸੋਹਣੀ ਝੋਟੀ ਆ ਪੱਟੂਪੁੜੇ ਦੀ, ਆਰਡਰ ਕੁਆਲਿਟੀ ਚੈੱਕ ਕਰ ਲਓ ਤੁਸੀਂ ਤੇ ਬਾਈ ਤੋਂ ਲੈ ਕੇ ਦੇਵਾਂਗੇ ਡਿਟੇਲ। ਪੱਟੂਪੁੜੇ ਦੇਖ ਲਓ, ਉਹ ਮੱਖੀ ਦਿਖਾਉਣਾ ਤੁਸੀਂ ਦੇਖ ਲਓ ਸੋਹਣੀ ਆ ਗਈ। ਨੇੜੇ ਹੀ ਆ, ਚਾਰ ਪੰਜ ਘੰਟੇ। ਹੋਰ ਵੀ ਹੋਜੂ ਮੌਕੇ ਤੇ, ਚਾਲੀ ਪੰਤਾਲੀ ਦੀ ਥੱਲੇ ਨੀ। ਠੀਕ ਆ, ਦੁੱਧ ਕਿੰਨਾ ਕੁ ਬਾਜੂ ਬਾਈ? ਕਿੱਡੀ ਭਾਰੀ ਆ ਦੁੱਧ, ਕਿੰਨਾ ਪਾਜੀਏ ਤੇ 14-15 ਕਿਲੋ ਦੁੱਧ 15 ਵੀ ਕਰਨਾ ਚਾਹੀਦਾ। ਅੱਛਾ, ਪਹਿਲੇ ਪਾਜੂ ਗਿਆ, ਪਹਿਲੇ ਸੋ ਬਾਈ ਕਹਿੰਦਾ 14-15 ਲੀਟਰ ਦੁੱਧ ਪਾਜੂਗੀ। ਠੀਕ ਤੇ ਬਾਈ ਆਪਣਾ ਨੰਬਰ ਬੋਲ ਦੇ। 9501123009 ਝੋਟੀ ਦਿਖਾਉਂਦੇ ਆ, ਕਰੋ ਚੈੱਕ ਬਾਈ ਤੋਂ ਡਿਟੇਲ ਲੈ ਕੇ ਦਿੰਦੇ ਆ, ਕਿਹੜਾ ਤੋਰ ਕੇ ਦਿਖਾ ਦਿੰਦੇ ਆ। ਤੁਰਦੀ ਦੀ ਤੋਰ ਚੈੱਕ ਕਰ ਲੋ, ਕਿਹੜਾ ਇਹਦੀ ਕਰ ਲੋ, ਇਹਦੀ ਡਿਟੇਲ ਲੈ ਕੇ ਦਿੰਦੇ ਆ ਬਾਈ ਜੀ। ਹਣਾ ਚ ਵਿਅਕਤੀ ਵਿਅਕਤੀ ਚੰਗੀ ਹੈ ਜੀ। ਛੇ ਕਿਲੋ ਹੁਣ ਤਿਆਰ ਹੈਗਾ। ਅੱਸੀ ਹਜ਼ਾਰ ਹੋਰ ਵੀ ਹੋਜੂਗਾ 99-152-5512 ਕਿਹੜਾ ਇਲਾਕਾ ਆਪਣਾ? ਭਾਈ ਦੇਸਾ ਮਾਨਸਾ। ਵਪਾਰ ਦਾ ਕੰਮ ਆ, ਘਰੇਲੂ ਹੀ ਆ? ਘਰ ਦੀ ਆ। ਇੱਕ ਹੀ ਲੈ ਕੇ ਆਉਂਦੀ ਆ? ਠੀਕ ਆ, ਕੋਈ ਵਪਾਰ ਦਾ ਕੰਮ ਨੀ, ਘਰੇਲੂ ਆ, ਝੋਟੀ ਆ, ਦੇਖ ਸਕਦੇ ਤੁਸੀਂ ਦੁਬਾਰੇ, ਤੇ ਜਿਹਨੂੰ ਪਸੰਦ ਆਉਂਦੀ ਆ ਖਰੀਦ ਸਕਦੇ ਹੋ ਤੁਸੀਂ। ਝੋਟੀ ਸੁਨੱਖੀ ਆ ਵੈਸੇ, ਦੁਬਾਰੇ ਤੋਰ ਚੈੱਕ ਫੇਰ ਕਰ ਲਓ। ਧੰਨਵਾਦ ਜੀ, ਅੱਗੇ ਤੁਹਾਨੂੰ ਹੋਰ ਦਿਖਾਉਂਦੇ ਆ। ਲੈ ਬਾਈ ਇੱਧਰ ਜੀ, ਸਾਰੇ ਜੁਗਲੇ ਆ ਮੱਝ ਤੁਹਾਨੂੰ ਤੋੜ ਕੇ ਦਿਖਾਉਂਦੇ ਆ ਵੀ, ਚੈੱਕ ਕਰ ਲਓ ਤੇ ਡਿਟੇਲ ਲੈ ਕੇ ਦਿੰਨੇ ਆ ਦੀ ਮੁੜ ਕੇ ਆਪਾਂ। ਡਿਟੇਲ ਲੈ ਕੇ ਦਿੰਨੇ ਆ ਦੀ ਕੀ ਆ, ਇੱਕ ਮਿੰਟ ਕੁਆਲਿਟੀ ਚੈੱਕ ਕਰ ਲਓ। ਕਿਹੜੀ ਜਗ੍ਹਾ ਤੋਂ ਆਏ ਆਪਾਂ? ਘੁੰਨਸਾ ਤੋਂ। ਘੁੰਨਸਾ ਤੋਂ? ਠੀਕ ਆ ਜੀ, ਘੁੰਨਸਾ ਤੋਂ। ਹਾਂ, ਬਰਨਾਲਾ।
ਕਿਹੜਾ ਸੂਆ ਬਾਈ ਮੱਝ? ਚੌਥੇ ਸੂਏ ਦੇ, ਚੌਥੇ ਸੂਏ, ਹਾਂ ਚੌਥੇ ਸੂਏ ਨੂੰ ਮੱਝ ਆ ਗਈ। ਕੀ ਡਿਟੇਲ ਆ ਬਾਈ ਇਹਦੀ? ਸੂਈ ਕਿੰਨਾ ਟਾਈਮ? 5 ਦਿਨ ਹੋਏ ਸੂਈ ਨੂੰ। ਬੱਚਾ ਮਗਰ? ਘਰੇਲੂ ਹੀ ਆਪਣੀ ਹੈ ਨਾ? ਠੀਕ ਆ। ਤੇ ਕੋਈ ਵਪਾਰ ਦਾ ਕੰਮ ਆਪਣਾ ਘਰੇਲੂ ਹੀ ਆ? ਘਰੂ ਹੀ ਆ। ਠੀਕ ਆ। ਕੀ ਮੁੱਲ ਆ ਬਾਈ? 80,000 ਮੁੱਲ। 80,000 ਮੁੱਲ ਆ। ਕਿੰਨੇ ਲਾਸਟ ਵੀਡੀਓ ਤੇ ਭਰਾ ਨੇ ਲੈਣੀ ਹੋਵੇ ਵੀ ਇੱਥੋਂ ਤੱਕ ਮੈਂ ਛੱਡਣੀ ਆ ਜਾਵਾਂ? 70 ਦੀ ਛੱਡਾਂਗੇ ਵੀਰੇ। ਐਡਰੈਸ ਤੁਹਾਨੂੰ ਲੈ ਕੇ ਦੇਤਾ ਤੇ ਆਰਡਰ ਕੁਆਲਿਟੀ ਤੁਹਾਨੂੰ ਦੁਬਾਰਾ ਫਿਰ ਚੈੱਕ ਕਰਾ ਦਿੰਦੇ। ਸੋਹਣੀ ਆ, ਵਿੱਥੀ ਚੰਗੀ ਆ ਥਣਾਂ ਦੇ ਵਿੱਚ। ਫੇਸ ਕੁਆਲਿਟੀ ਚੈੱਕ ਕਰ ਲਓ ਤੇ ਆਹ ਬੱਚਾ ਇਹਦਾ ਦੇਖ ਸਕਦੇ।